माफी चाहते जो परेशान किया। परेशान तो सब होर करता है, दुनिया का मटका कोई बिरला ही हौली हौली भरता, पर रब जानता कोई तो सिर पर बिरला धरता, मुड़ के मुसाफिर बन के तो हर कोई चलता। तो बनी कैमें आइट नौली विवाच बहुत तो धन्यवाद जो बीण के सपेरियां वस के अनेरियां दुनिया के डेरियां रब के घेरिया धन्यवाद। हाँ जी बाबा जी फरमाओ, कोई माड़ा मोटा जो अंदर लफ्ज कढ़िया होया कढ़ाओ, जे नहीं समझ आती फिर रब न समझाओ, क्योंकि कण कण दे विच जदों सेवा जदों मिलदा बूटी विच मेवा, लोकी लाउंदे फिरदे टेवा कदों की पांगे, ओ सज्जणा यार गए जदों माण पसीना आवे मेहनत पूरी जी, फिर बंदा रबनी समझे ओ मजबूरी जी, कौन खुट के खिलावे चोरी हुण मज भी नहीं मिलदी बूरी, जद त्यो दियां निकलियां तारां ते रब नूं की बचारा, सज्जणा वे तेरे बल ज सज्जणा वे तेरे बल ज मत दुनिया नूं की समझावां, मत दुनिया नूं की समझावां। हाँ जी बाबा जी हुक्म फरमाओ। बस ते बस ही होंदी है, अंदर जिहड़ी नट दी कस होंदी है ढिल पै जांदी, मुड़ के फिर बस होंदी है। हाँ जी बाबे स्टूडेंट हो तुसीं, पढ़दे हो के मदानी वांगू कढ़दे हो के दुध वांगू सड़दे हो? पता तो सारे पर नशा भी सारे है, पर बड़ी डूंगी गल्ला ने। बहुत धन्यवाद तुहाडा, धन्यवाद तुहाडा जी, आप कहने धन्यवाद तुहाडा जी। लाइफ फर्स्ट टाइम देखिया तो कल्ला कल्ला ही फुल ही खिलर जांदा हो, क्यों लगी बगीचे वाड़िया चो किसे की आखना है हुने आख सजना हो जंगल विचों आवाज आवे अल्लाह हो मालको साड़ी जिंदगी दे यार वाइट मी कौन नहीं डी हीरो पड़ी जिंदगी है साड़ी जिंदगी कुछ नहीं है हैंडी जिंदगी तुसी जी रहे हो अस्ता एक ना के काट रहे हैं बस पुतले कई बंदा काट रहे हैं कई पैसे बांट रहे हैं कोई छाटे वांगू छाट रहे हैं कोई उतरे मसाले वांगू बांट रहे हैं पर कई डाटे वांगू कट रहे हैं पर वेला ही है जिहड़ा रब दी नजारे नाल कट रहे हैं बाकी तां ओ तुसी हो जी ਕਹਿੰਦਾ ਜੀ ਭੰਡਾਰੀ ਨੂੰ ਭੰਡਾਰੀ ਬੁਲਾਓ ਕਹਿੰਦਾ ਜਵਾਰੀ ਨਹੀਂ ਹੈਗਾ ਕਹਿੰਦਾ ਜਵਾਰੀ ਨੂੰ ਜਵਾਰੀ ਮਿਲਾਓ ਕਹਿੰਦਾ ਲਖਾਰੀ ਨਹੀਂ ਹੈਗਾ ਕਹਿੰਦਾ ਸਾਲਿਆ ਤੇਰੇ ਤੋਂ ਕੀ ਲੈਣਾ ਜਦੋਂ ਤੂੰ ਭੰਡਾਰੀ ਨਹੀਂ ਹੈਗਾ ਇਸ ਤਰ੍ਹਾਂ ਫਿਰ ਕਿਉਂਕਿ ਰੱਬ ਸਭ ਉਹ ਦਾਤਾ ਹੈ ਜਿਹਨੂੰ ਸਾਰਿਆਂ ਨੂੰ ਖਵਾਉਣ ਦਾ ਫਿਕਰ ਹੈ ਇੱਕ ਸਾਲਾ ਬੰਦਾ ਹੀ ਹੈ ਜਿਹਨੂੰ ਨਾ ਕੋਈ ਵਾਸਾ ਨਾ ਪਤਾਸਾ ਪਾਣੀ 'ਚ ਘੋਲ ਕੇ ਜਿਵੇਂ ਪਤਾਸਾ ਖੁਰ ਜਾਂਦਾ ਇੱਥੇ ਮੁਸਾਫਰ ਬਣ ਕੇ ਇਨਸਾਨ ਵੀ ਤੁਰ ਜਾਂਦਾ ਚਲੋ ਠੀਕ ਹੈ ਬਾਈ ਜੀ ਤੁਸੀਂ ਮਤਲਬ ਕਿਸ ਤਰ੍ਹਾਂ ਮਤਲਬ ਅੰਦਰੋਂ ਕੀ ਗਾਈਡ ਕਰਦੇ ਹੋ ਕਿਸ ਤਰ੍ਹਾਂ ਮਤਲਬ ਕੀ ਦਰਦ ਹਰ ਇੱਕ ਬੰਦੇ ਨੂੰ ਲੱਗਾ ਹੁੰਦਾ ਪਰ ਇੱਕ ਸਾਲੀ ਫਰਦ ਨਹੀਂ ਨਿਕਲਦੀ ਜਿਵੇਂ ਬਾਈ ਡਾਟਾ ਨਹੀਂ ਨਾ ਨਿਕਲਦਾ ਐਵੇਂ ਸਾਲਾ ਟਾਟਾ ਵੀ ਨਹੀਂ ਨਿਕਲਦਾ ਕਿਉਂਕਿ ਕਹਿੰਦੇ ਹਰ ਤੋਂ ਅਲਰਜੀ ਹੁੰਦੀ ਹੈ ਰੱਬ ਦੀ ਮਰਜ਼ੀ ਹੁੰਦੀ ਹੈ ਦੁਨੀਆਂ ਨੂੰ ਅਲਰਜੀ ਹੁੰਦੀ ਹੈ ਛੋਟੀ ਜਿਹੀ ਚੀਜ਼ ਹੋਵੇ ਰੱਬ ਦੀ ਉਮੀਦ ਹੋਵੇ ਲੱਖਾਂ ਦਾ ਕੁਰਾਨ ਹੋਵੇ ਦੁਨੀਆਂ 'ਤੇ ਭਾਵੇਂ ਵਗਦੇ ਹੋਏ ਹੜ੍ਹ ਦਾ ਤੂਫਾਨ ਹੋਵੇ ਨਜ਼ਰ ਆਵੇ ਯਾਰ ਤੈਨੂੰ ਪਰ ਦਿਲ ਉਸ ਤਰ੍ਹਾਂ ਹੀ ਫਿਰ ਸੱਜਣਾ ਦਾ ਸਵਾਰ ਹੋਵੇ ਫਿਰ ਹੀ ਗੱਲਾਂ ਨੇ ਅੱਛਾ ਬਾਈ ਜੀ ਤੁਸੀਂ ਕੀ ਮਤਲਬ ਕਰਦੇ ਹੋ ਮਾੜਾ ਮੋਟਾ ਕੋਈ ਦੱਸੋਗੇ वैसे ना इस तरह लगता जिम्मे महाराज ने साउंड लाए होंगे आवाज बहुत लगे रब की रजा बहुत आनंद आता वी वन लाख है वैन च वाइड व्यू स्पेन जिम्मे कोई इंट्रस्ट नहीं कहना रब ने ही जैसर का फैसला वह भी कोई जवाब दे तो ठीक है तो
ਤੁਸੀਂ ਕਿੱਥੇ ਬਾਈ ਜੀ ਮੈਂ ਜੋ ਕੁਝ ਬੋਲਣਾ ਇਹਦਾ ਅਰਥ ਨਿਕਲਦਾ ਕਿ ਕੋਈ ਬੇੜਾ ਗਰਕ ਤੁਸੀਂ ਪੜ੍ਹੇ ਲਿਖੇ ਨਹੀਂ ਕਿਸ ਤਰ੍ਹਾਂ ਮਤਲਬ ਕਿਵੇਂ ਜਿਵੇਂ ਮੈਂ ਜੋ ਬੋਲ ਰਿਹਾ ਜਾਂ ਕਿਸ ਤਰ੍ਹਾਂ ਇਹ ਕੋਈ ਮਤਲਬ ਮੈਂਡ ਯੂਰਾ ਵੀ ਅਗਲੇ ਤੇ ਅਫਸਰ ਕਿਵੇਂ ਜਿਗਰ ਨਵਾਂ ਪੈਂਦਾ ਕਿ ਜਾਂ ਪੱਥਰ ਨੂੰ ਪਾੜਨ ਵਾਲਾ ਕੰਮ ਹੈ ਦੇਖੋ ਕਾਫੀ ਇਫੈਕਟਿਵ ਵਰਡਿੰਗ ਹੈ ਤੁਹਾਡੀ ਜੋ ਕਿ ਬਹੁਤ ਹੀ ਅਨਕੋਮਨ ਹੈ ਅੰਦਰੋਂ ਹਿਲਾ ਦਿੰਦੇ ਹੋ ਸਮਝ ਤੁਹਾਡੀ ਨੋਰਮਲ ਵਰਡਿੰਗ ਨਹੀਂ ਹੈਗੀ ਨੋਰਮਲ ਕੋਈ ਜਿਵੇਂ ਪਾਠੀ ਵਗੈਰਾ ਬੋਲਦੇ ਆ ਤੁਹਾਡੀ ਉਹ ਵਰਡਿੰਗ ਨਹੀਂ ਹੈਗੀ ਬਹੁਤ ਹੀ ਸਟਰੋਂਗ ਵਰਡਿੰਗ ਹੈ ਬਾਈ ਜੀ ਮੈਂ ਪੜ੍ਹਿਆ ਵੀ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਕੀ ਬੋਲੀ ਜਾਂਦਾ ਮੈਂ ਤੂੰ ਯੂਰ ਕਰੈਕ ਐਂਡ ਵੀ ਯੂਰ ਵੈਂਟ ਚੈੱਕ ਦਿਸ ਇਜ਼ ਮੈਨਸ ਐਂਡ ਕਰੋਸਿੰਗ ਜਦੋਂ ਹਾਵੜਾ ਮਹਿਲ ਤੋਂ ਲੰਘਦੇ ਜਿਵੇਂ ਹਵਾ ਦਾ ਹਵਾ ਯੇਰ ਬੁੱਲਾ ਅਗਲਾ ਕਹਿੰਦਾ ਪਤਾ ਨਹੀਂ ਸਾਡਾ ਕਿੱਧਰ ਮਾਰ ਗਿਆ ਟੁੱਲਾ ਪਰ ਇੱਕ ਗੱਲ ਹੈ ਬਿਨਾਂ ਕਮਾਈ ਤੋਂ ਧਰਤੀ 'ਤੇ ਕੋਈ ਜਨਮ ਨਹੀਂ ਲੈਂਦਾ ਬਿਨਾਂ ਸਫਾਈ ਤੋਂ ਕੋਈ ਅੰਦਰ ਵੀ ਨਹੀਂ ਰਹਿੰਦਾ ਪਰ ਰੱਬ ਤਾਂ ਸਾਰਿਆਂ ਨੂੰ ਇਹੀ ਕਹਿੰਦਾ ਯਾਰ ਜੇ ਤੈਨੂੰ ਉਸਦੇ ਸਵਾਸ ਦਿੱਤੇ ਨਾ ਥੋੜ੍ਹਾ ਇਨਸਾਫ ਕਰਨਾ ਸਿੱਖ ਪਾਪ ਤਾਂ ਕੁੜੀ 'ਚੋਂ ਦਾ ਪਹਿਲਾਂ ਹੀ ਬੜਾ ਕਿਉਂਕਿ ਬੰਦਿਆਂ 'ਚ ਹੈ ਨਹੀਂ ਬੰਦਾ ਬਸ ਮੱਛੀ ਵਾਂਗੂ ਕੋਈ ਗੰਡੂ ਹੈ ਗੰਡੋਵਾ ਪਾ ਕੇ ਸੁੱਟੀ ਹੋਈ ਹੈ ਕੋਈ ਸਾਲਾ ਆਟਾ ਪਾ ਕੇ ਸੁੱਟੀ ਫਿਰਦਾ ਪਰ ਮੱਛੀ ਆਉਂਦੀ ਤਾਂ ਆਉਂਦੀ ਹੈ ਪਰ ਬਾਅਦ 'ਚ ਜਦੋਂ ਉਹਨੂੰ ਤੜਫਾਉਂਦੀ ਹੈ ਨਾ ਫਿਰ ਤਾਂ ਉਹੀ ਜ਼ਿੰਦਗੀ ਦਾ ਮਿੱਤਰਾ ਸਾਧਨ ਇੱਕੋ ਹੀ ਹੁੰਦਾ ਬੰਦਾ ਪੜ੍ਹ ਲਿਖ ਕੇ ਜਾਂ ਜੀਵਨ ਤੋਂ ਬੈਸਟ ਨੇ ਇਹ ਨਹੀਂ ਵੀ ਮਤਲਬ ਉੱਕਾ ਹੀ ਫੁੱਦੂ ਬਣ ਜੇ ਜਾਂ ਨਾ ਫੁੱਦੂ ਬਣੇ ਤਾਂ ਰੱਬ ਦੇ ਨਵਾਜ਼ ਬਣੇ ਦੁਨੀਆਂ ਦਾ ਕਾਜ ਨਾ ਬਣੇ ਇੱਕੋ ਹੀ ਸਾਜ ਬਣੇ ਜਿਹੜਾ ਪਤਾ ਲੱਗ ਜੇ ਕੱਲੇ ਕੱਲੇ ਯਾਰ ਤੇ ਝੱਲੇ ਫਿਰ ਵੀ ਲੈ ਗਿਆ ਕੁਛ ਨਾ ਪੱਲੇ ਸਮੁੰਦਰ ਵਗੇ ਤੇ ਬਹੁਤ ਨੇ ਲਹਿਰਾਂ ਦੁਨੀਆਂ ਕੀ ਹੋਏ ਵਸਤ ਕਹਿਰਾਂ ਵਸਦੇ ਉਜੜਿਆਂ ਕੀ ਉਹ ਸ਼ਹਿਰਾਂ ਜਿੱਥੇ ਨਹੀਂ ਉਹ ਕੱਟਣ ਨੂੰ ਮਿਲਦੀਆਂ ਦੁਪਹਿਰਾਂ ਇੱਕ ਦਿਨ ਤੁਰ ਜਾਵੇਂਗਾ ਇੱਕ ਦਿਨ ਤੁਰ ਜਾਵੇਂਗਾ ਜਿਵੇਂ ਵਗਦੀਆਂ ਯਾਰਾਂ ਦੀਆਂ ਲਹਿਰਾਂ ਸੱਜਣਾ ਵੇ ਪਤਾ ਨਹੀਂ ਲੱਗਦਾ ਯਾਰ ਆਟੋਮੈਟਿਕ ਦਿਮਾਗ ਸਾਡਾ ਜਿਵੇਂ ਮੋਟਾ ਨਹੀਂ ਹੁੰਦਾ ਵੀ ਬਿਨਾਂ ਮਤਲਬ ਘੁੰਮੀਆਂ ਗੱਲ ਮਤਲਬ ਕਿਹੋ ਜਿਹੀ ਥਾਲੀ ਹੈ ਨਾ ਮੈਂਬਰੀ ਹੈ ਅਗਲ ਉਗਲ ਘੱਟ ਹੀ ਹੈ ਅਗਲਾ ਦੂਜਾ ਬੰਦਾ ਤਾਂ ਫੁੱਦੂ ਹੀ ਸਮਝਦਾ ਹੋਣਾ ਹੋਣਾ ਮੈਨੂੰ ਲੱਗਦਾ ਕਿ ਅਗਲਾ ਕਹਿੰਦਾ ਹੋਣਾ ਸਾਲਾ ਖੱਚ ਕੁਛ ਨਹੀਂ ਪੱਲੇ ਸੱਚ ਤੜਕਿਆ ਹੋਇਆ ਕੱਚ ਕੀ ਪਤਾ ਕਿਹਦੇ ਪੈਰ 'ਚ ਵਾਜੇ ਵੱਚ ਹੈ ਕੱਚ ਅੱਛਾ ਬਾਈ ਜੀ ਤੁਸੀਂ ਫਿਰ ਮਤਲਬ ਪੜ੍ਹਦੇ ਪੁੜਦੇ ਹੋ ਫਿਰ ਮਤਲਬ ਆਪਣਾ ਹੋਰ ਕੀ ਜ਼ਿੰਦਗੀ 'ਚ ਕਿਵੇਂ ਮਤਲਬ ਕਈ ਵਾਰੀ ਆਨੰਦ ਲੈਣਾ ਸਿੱਖਿਆ ਵੀ ਜਾਂ ਮਤਲਬ ਦਸ ਮਿੰਟ ਕਿ